साझा पंजाब चैनल देख रहे सारे ही देश के दर्शकों का मैं हरजीत कौर स्वागत कर दर्शकों लगातार किसानी अंदोलन नाल जुटे हुए तो पीसफुली तरीके लगातार किसानी अंदोलन जारी है। तुसी देखो कि इस किसानी अंदोलन जदों तो चलिया हैगा तो शहीदता का भी कोई अंत नहीं है। हुण तक 120 जिहड़े साडे वीर शहीद हो चुके ने इस किसानी अंदोलन दे विच। सो साडे नाल शहीद परिवारां दे जिहड़े परिवारक मैंबर हैगे वह भी मौजूद हैगे। आपां गलबात करदे आं, एक वीर ने जिन्हां दे पिता जी की डैथ हो गई वो इत्थे शहीद हो चुके ने। एक वो वीर तुसीं देख सकते हो उन्हां दा भतीजा ते भरा लगदे सीगे ते इन्हां दे चाचा जी सीगे। सो ये पिंड दे सरपंच ने जिहड़े पिंड दे विचों शहीद होए ने वह भी नाल आए ने। आपां सारा ही इन्हां तों वाकिया जाणांगे कि किस तरह उन्हां दी जिहड़ी शहादत आ इस किसानी अंदोलन दे विच हुई है। सो आपां स्वागत करदे इन्हां दा सांझा पंजाब दे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਹੜੇ ਜਿਸ ਸਮੇਂ ਤੁਸੀਂ ਮੌਜੂਦ ਸੀ ਕਿਸਾਨੀ ਅੰਦੋਲਨ ਦੇ ਵਿੱਚ, ਕਦੋਂ ਤੋਂ ਤੁਸੀਂ ਸ਼ਮੂਲੀਅਤ ਲਵਾਈ ਸੀ ਤੇ ਕਦੋਂ ਇੱਥੋਂ ਜਾ ਰਹੇ ਸੀ? ਅਸੀਂ 26 ਤਰੀਕ ਤੋਂ ਹੀ ਜੀ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਹਾਂ। ਇੱਕ ਦਿਨ ਗਏ ਸੀਗੇ ਜੀ ਹਫ਼ਤਾ ਲਾ ਕੇ, ਉਹ ਤੋਂ ਬਾਅਦ ਫਿਰ ਆ ਗਏ ਸੀਗੇ ਅਤੇ 15 ਤਰੀਕ ਨੂੰ ਅਸੀਂ ਇੱਕ ਹਫ਼ਤਾ ਲਾ ਕੇ ਫਿਰ ਵਾਪਸ ਜਾ ਰਹੇ ਸੀਗੇ ਜੀ। ਤਰਾਵੜੀ ਪੁਲ ਦੇ ਉੱਤੇ ਜੀ ਸਾਡਾ ਐਕਸੀਡੈਂਟ ਹੋ ਗਿਆ ਜੀ। ਪਿੱਛੋਂ ਕੈਂਟਰ ਵਾਲੇ ਨੇ ਲੈ ਕੇ ਕੈਂਟਰ ਮਾਰੀ ਅਤੇ ਟਰਾਲੀ ਪਲਟ ਗਈ ਜੀ। ਉਹਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਜੀ ਉਹਦੀ ਤਾਂ ਮੌਕੇ 'ਤੇ ਡੈਥ ਹੋ ਗਈ ਸੀਗੀ। ਜਿਹੜਾ ਤੁਸੀਂ ਗੁਰਪ੍ਰੀਤ ਸਿੰਘ ਦੀ ਗੱਲ ਅਸੀਂ ਸੁਣਿਆ, ਨੌਜਵਾਨ ਸੀ ਵੀਰ, ਅਤੇ ਕਿੰਨੀ ਸਾਲ ਉਹਦੀ ਉਮਰ ਸੀਗੀ ਅਤੇ ਕਿੱਥੋਂ ਦਾ ਰਹਿਣ ਵਾਲਾ? ਪਿੰਡ ਸਪੇੜਾ, ਜ਼ਿਲ੍ਹਾ ਪਟਿਆਲਾ ਜੀ, ਪਟਿਆਲੇ ਦੇ 8 ਕਿਲੋਮੀਟਰ ਜੀ ਸਾਡਾ ਪਿੰਡ। ਉਹਦੀ ਉਮਰ 21 ਸਾਲ ਦੀ ਸੀਗੀ ਜੀ। ਹਾਂਜੀ ਹਾਂਜੀ, ਇਕੱਲਾ ਇਕੱਲਾ ਬੇਟਾ ਸੀਗਾ ਜੀ, ਸੈਕਿੰਡ ਈਅਰ ਵਿੱਚ ਪੜ੍ਹਦਾ ਸੀਗਾ ਜੀ ਉਹ। ਜਿਹੜੇ ਨਾਲ ਬਜ਼ੁਰਗ ਦੀ ਡੈਥ ਹੋਈ ਆ ਉਹ ਕਿੱਥੋਂ ਦੇ ਸੀ? ਉਹ ਵੀ ਮੇਰੇ ਪਿੰਡ ਦੇ ਸੀਗੇ, ਚਾਚਾ ਜੀ ਲੱਗਦੇ ਸੀਗੇ ਸਾਡੇ ਜੀ। ਹਾਂਜੀ, ਉਸ ਟਾਈਮ ਮੈਂ ਵਿੱਚ ਟਰਾਲੀ ਦੇ ਨਾਲ ਸੀਗਾ ਜੀ ਉਹਨਾਂ ਦੇ। ਸਾਡੇ 2 ਟਰੈਕਟਰ ਚਲਾ ਰਹੇ ਸੀਗੇ, 9 ਅਸੀਂ ਟਰਾਲੀ 'ਚ ਵਿੱਚ ਸੀਗੇ ਜੀ। ਅਤੇ ਚਾਚਾ ਜੀ ਦੇ ਸੱਟਾਂ ਬਹੁਤ ਲੱਗੀਆਂ ਜੀ, ਉਹਨਾਂ ਦੀ ਰਸਤੇ 'ਚ ਜਾਂਦੇ ਹੋਏ ਡੈਥ ਹੋ ਗਈ। ਉਸ ਮੌਕੇ ਨਾ ਤਾਂ ਸਾਨੂੰ ਐਂਬੂਲੈਂਸ ਮਿਲੀ ਜੀ ਅਤੇ ਨਾ ਹੀ ਸਾਨੂੰ ਕੋਈ ਪੁਲਿਸ ਸਹਾਇਤਾ ਮਿਲੀ। ਪੁਲ ਦੇ ਉੱਪਰ ਜਿਹੜੀ ਉਹ ਐਕਸੀਡੈਂਟ ਹੋਇਆ ਸੀ? ਹਾਂਜੀ, ਪੁਲ ਦੇ ਉੱਤੇ ਐਕਸੀਡੈਂਟ ਹੋਇਆ ਸੀ, ਜੋ ਗ੍ਰਿਲ ਲੱਗੀ ਹੋਈ ਹੈ ਜੀ ਉਹਦੇ ਉੱਤੇ ਸਾਡੀ ਟਰਾਲੀ ਪਲਟੀ ਪਈ ਸੀਗੀ ਜੀ। ਉਹ ਮੁੰਡਾ ਟਾਕੀ ਹੁੰਦੀ ਹੈ ਜੀ ਟਰਾਲੀ ਦੇ, ਉਹ ਟਾਕੀ ਦੇ ਵਿੱਚ ਆ ਗਿਆ ਜੀ, ਉਹਦੀ ਛਾਤੀ ਪ੍ਰੈਸ ਹੋ ਗਈ ਜੀ, ਉਹਨੂੰ ਸਾਹ ਨਹੀਂ ਆਇਆ, ਉਹ ਔਨ ਦੀ ਸਪੋਟ ਡੈਥ ਹੋ ਗਈ ਜੀ। ਅਤੇ ਦੂਜੇ ਚਾਚਾ ਜੀ ਦੇ ਸੱਟਾਂ ਬਹੁਤ ਲੱਗੀਆਂ ਸੀਗੀਆਂ, ਉਹਨਾਂ ਦੇ ਰਸਤੇ 'ਚ ਡੈਥ ਹੋ ਗਈ। ਸਾਨੂੰ ਕਿਸੇ ਵੀ ਸਰਕਾਰੀ ਸਹੂਲਤ ਨਹੀਂ ਮਿਲੀ, ਸਾਨੂੰ ਜੋ ਆਪਣੇ ਕਿਸਾਨੀ ਅੰਦੋਲਨ ਵਿੱਚ ਭਰਾ ਆ ਰਹੇ ਸੀਗੇ ਜੀ ਉਹਨਾਂ ਦੇ ਪ੍ਰਾਈਵੇਟ ਗੱਡੀਆਂ ਵਿੱਚ ਲੈ ਕੇ ਗਏ। ਕਿਸਾਨੀ ਅੰਦੋਲਨ ਦੇ ਵਿੱਚ ਤੁਹਾਨੂੰ ਕੋਈ ਇੱਥੋਂ ਦੇ ਜਿਹੜੇ ਆਗੂਆਂ ਵੱਲੋਂ ਅਨਾਊਂਸਮੈਂਟ ਕੀਤੀ ਜਾਂਦੀ ਆ ਵੀ ਜੋ ਵੀ ਇੱਥੇ ਫੰਡਿੰਗ ਹੁੰਦੀ ਆ ਅਸੀਂ ਉਹ ਸ਼ਹੀਦ ਪਰਿਵਾਰਾਂ ਨੂੰ ਦੇ ਕੇ, ਤੁਹਾਡੇ ਤੱਕ ਕੋਈ ਅਜੇ ਤੱਕ ਮਦਦ ਨਹੀਂ ਪਹੁੰਚੀ? ਨਹੀਂ ਜੀ, ਜੋ ਵੀ ਸਾਡੇ ਇੱਥੇ ਆਗੂ ਨੇ ਜੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਆ, ਸਾਨੂੰ ਹਰ ਤਰ੍ਹਾਂ ਦੀ ਸਹਾਇਤਾ ਦੇ ਰਹੇ ਨੇ। ਜੋ ਫੰਡਿੰਗ ਵਾਲੀ ਆ ਜੀ ਉਹ ਜੋ ਸਿਸਟਮ ਐਂਡ 'ਚ ਹੋਣਾ ਜੀ ਉਹ ਤਾਂ ਐਂਡ 'ਚ ਹੀ ਹੋਣਾ, ਅਤੇ ਸਾਡੀ ਜੋ ਵੀ ਸਹਾਇਤਾ ਕੀਤੀ ਆ ਆਪਣੇ ਕਿਸਾਨ ਭਰਾਵਾਂ ਨੇ ਕੀਤੀ ਹੈ ਜੀ, ਅੰਦੋਲਨ ਵਾਲਿਆਂ ਨੇ ਕੀਤੀ ਹੈ। ਹੁਣ ਤੱਕ ਕੋਈ ਵਿੱਤੀ ਸਹਾਇਤਾ ਘਰ ਦੇ ਵਿੱਚ ਜਾ ਕੇ ਉਹਨਾਂ ਦੀ ਕੀਤੀ ਗਈ ਹੈ? ਹਾਂਜੀ, ਦੇ ਕੇ ਆਏ ਨੇ ਜੀ ਕਿਸਾਨ ਆਪਣੇ ਜੋ ਭਰਾ ਸੀਗੇ ਜੀ। ਦੇ ਕੇ ਆਏ ਕਿ ਕਿੰਨੀ ਸੇਵਾ ਜਿਹੜੀ ਉਹ ਪਹੁੰਚਾ ਕੇ? ਲੱਖ ਲੱਖ ਰੁਪਇਆ ਦੇ ਆਏ ਜੀ ਸਾਨੂੰ। ਹਾਂਜੀ, ਵੈਸੇ ਜੋ ਜਾਨ ਚਲੀ ਜਾਂਦੀ ਉਹ ਦੁਬਾਰਾ ਤਾਂ ਵਾਪਸ ਆਉਂਦੀ ਨਹੀਂ, ਹੈ ਨਾ? ਬਹੁਤ ਵੱਡਾ ਸਦਮਾ ਇਸ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਸ਼ਹੀਦ ਪਰਿਵਾਰਾਂ ਦੇ ਲਈ ਜਿਹੜੇ ਹੁਣ ਤੱਕ, ਦਰਸ਼ਕੋ ਤੁਹਾਨੂੰ ਦੱਸਣਾ ਚਾਹੁੰਦੇ ਕਿ ਜਿਹੜੇ ਇੱਕ ਵਾਰ ਚਲੇ ਜਾਂਦੇ ਉਹ ਵਾਪਸ ਮੁੜ ਕੇ ਨਹੀਂ, ਤੇ ਸੋ ਉਹਨਾਂ ਦੀ ਸ਼ਹਾਦਤ ਹਮੇਸ਼ਾ ਯਾਦ ਰਹੂਗੀ। ਤੁਸੀਂ ਸਰਪੰਚ ਹੈਗੇ ਹੋ, ਪਿੰਡ ਦੇ ਵਿੱਚ ਵੀ ਕੀ ਉਹਨਾਂ ਦੀ ਯਾਦਗਿਰੀ ਕੋਈ ਮਨਾਈ ਜਾਏ? ਹਾਂਜੀ, ਉਹਨਾਂ ਦੀ ਯਾਦਗਿਰੀ ਮਨਾਇਆ ਜਾਏ ਕਰੇਗੀ, ਉਹਨਾਂ ਦੀ ਯਾਦ 'ਚ ਲੰਗਰ ਲਾਇਆ ਕਰਾਂਗੇ। ਅਸੀਂ ਉਹਨਾਂ ਦੀ ਯਾਦ 'ਚ ਇੱਕ ਕਮਿਊਨਿਟੀ ਸੈਂਟਰ ਬਣਾ ਰਹੇ ਹਾਂ ਜੀ ਪਿੰਡ 'ਚ, ਤਾਂ ਜੋ ਹਰ ਇੱਕ ਬੰਦਾ ਜਦੋਂ ਉੱਥੇ ਆਪਣਾ ਪ੍ਰੋਗਰਾਮ ਕਰੇ ਉਹਨਾਂ ਨੂੰ ਯਾਦ ਕਰੇ ਵੀ ਉਹਨਾਂ ਦੀ ਸ਼ਹਾਦਤ ਕਰਕੇ ਇਹ ਚੀਜ਼ ਬਣੀ ਹੈ ਜੀ। ਉਹਨਾਂ ਦੀਆਂ ਤਸਵੀਰਾਂ ਲਾਵਾਂਗੇ, ਉਹਨਾਂ ਦੇ ਨਾਂ ਲਿਖਾਂਗੇ ਉੱਥੇ। ਸੋ ਵੀਰ ਜੀ, ਤੁਹਾਡਾ? ਮੇਰਾ ਨਾਮ ਸੰਦੀਪ ਸਿੰਘ ਢਿੱਲੋਂ ਜੀ। ਤੁਹਾਡੇ ਪਰਿਵਾਰ 'ਚ ਕੌਣ? ਮੇਰੇ ਚਾਚਾ ਜੀ ਹੈ, ਦੂਜਾ ਵੀ ਸਾਡੇ ਲਾਣੇ 'ਚ ਸੀ, ਮੇਰਾ ਭਤੀਜਾ ਲੱਗਦਾ ਸੀਗਾ ਜੀ। ਕੀ ਨਾਮ ਸੀ ਉਹਨਾਂ? ਉਹਦਾ ਗੁਰਪ੍ਰੀਤ ਜੀ, ਲਾਭ ਸਿੰਘ ਸੀਗਾ ਚਾਚੇ ਦਾ ਨਾਮ ਜੀ। ਉਹਨਾਂ ਨੇ ਨਾ ਦੇਖਦੇ ਇਸ ਕਿਸਾਨੀ ਅੰਦੋਲਨ ਤੇ ਅਸੀਂ ਹੱਕ ਮੰਗਣ ਆਏ ਸੀ ਤੇ ਲਾਸ਼ਾਂ ਲੈ ਕੇ ਜਾ ਰਹੇ ਆ, ਪਰ ਕੇਂਦਰ ਸਰਕਾਰ ਅਜੇ ਵੀ ਆਪਣਾ ਅੜੀਆ ਰਵਈਆ ਨਹੀਂ ਛੱਡ ਰਹੀ, ਉਹ ਬਿੱਲ ਜਿਹੜੇ ਰੱਦ ਕਰਨ ਬਾਰੇ ਸੋਚ ਨਹੀਂ ਰਹੀ। ਭੈਣ ਜੀ, ਅਸੀਂ ਤਾਂ ਦੇਖੋ ਜੀ ਆਪਣੇ ਪਰਿਵਾਰ 'ਚ ਜੋ ਸ਼ਹਾਦਤਾਂ ਦੇ ਸਕਦੇ ਸੀਗੇ ਦੇਤੀਆਂ, ਅਗਾਂਹ ਅਸੀਂ ਸਾਰੇ ਫਿਰ ਵੀ ਆ ਕੇ ਡਟੇ ਹੋਏ ਹਾਂ ਕਿ ਚਾਹੇ ਸਾਨੂੰ ਇੱਕ ਵਾਰ ਕਿਸਾਨ ਜਥੇਬੰਦੀਆਂ ਹੁਕਮ ਕਰਨ, ਸਭ ਤੋਂ ਪਹਿਲਾਂ ਹੋ ਕੇ ਅਸੀਂ ਆਪਣੇ ਸ਼ੀਸ਼ ਦੇਵਾਂਗੇ ਜੀ। ਜਿੰਨੇ ਦੇਣੇ ਪੈਣਗੇ, ਸਾਡੇ ਪਰਿਵਾਰ ਦੇ 22 ਜੀ ਪਿੱਛੇ ਆਏ ਬੈਠੇ ਆ, ਉਹੀ ਪਰਿਵਾਰ 'ਚੋਂ, ਸ਼ਹੀਦਾਂ ਦੇ ਪਰਿਵਾਰ 'ਚੋਂ 18 ਟਰਾਲੀਆਂ ਲੈ ਕੇ ਆਏ ਹੈ ਕਿ ਸਾਨੂੰ ਜੋ ਬਾਕੀ ਅਸੀਂ ਜਥੇਬੰਦੀਆਂ ਤੋਂ ਬਾਹਰ ਨਹੀਂ ਹੈ, ਸਾਨੂੰ ਹੁਕਮ ਕਰਨ, ਸਭ ਤੋਂ ਪਹਿਲਾਂ ਅਸੀਂ ਸ਼ੀਸ਼ ਦੇਵਾਂਗੇ ਜੀ। ਦਿਲ ਤਾਂ ਡੋਲ ਜਾਂਦਾ ਵੀ ਪਰਿਵਾਰ 'ਚੋਂ ਮੈਂਬਰ ਚਲੇ ਜਾਣ, ਤਾਂ ਬੜਾ ਦੁੱਖ ਲੱਗਦਾ। ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਵੀ ਇਹ ਸੰਘਰਸ਼ ਕਰਨ ਦੀ ਲੋੜ ਰਹਿ ਜਾਂਦੀ? ਭੈਣ ਜੀ, ਇਹ ਤਾਂ ਸਰਕਾਰਾਂ ਨੇ ਸੋਚਣਾ ਜੀ ਕਿ ਸਰਕਾਰਾਂ ਇਹ ਮੌਕਾ ਆ ਨਹੀਂ ਕਿਉਂ ਦੇ ਰਹੀਆਂ। ਆਪਾਂ ਕਹਿੰਦੇ ਲੋਕਤੰਤਰ ਹੈ, ਲੋਕਤੰਤਰ ਦਾ ਕਾਹਦਾ ਜੀ, ਲੋਕ ਰੁਲ ਰਹੇ ਸੜਕਾਂ 'ਤੇ, ਉਹਨਾਂ ਨੂੰ ਹਸਪਤਾਲ ਤੱਕ ਨਹੀਂ ਜਾ ਰਹੇ, ਦਵਾਈ ਨਹੀਂ ਮਿਲ ਰਹੀ, ਕੁਛ ਨਹੀਂ ਮਿਲ ਰਿਹਾ ਉਹਨਾਂ ਨੂੰ।
एक बंदे हस्पताल दे विच लैके जाने लिए उधर जाते ना ले जाने कारण ही मौत हो जाती है। इन्होंने कोई इंतजाम नहीं रखा हुआ, इन्हें तो रुलन छड़ता है कि सरकार रुल रहे हैं, रुली जान किसान भरा कि आपे इतने टाइम पै के चले जाएंगे, कितनी देर बैठे रहेंगे, कितनी मौत होंगी। अधिकार तो सी पर इतने डिक्टेटरशिप जी चल रही, ताना चाहिए राज जड़ा चल भैन जी। हूँ लोगों अगे नो अकल आ गई हुई है जी, ठीक है जी। एड्डी वड्डी लहर सारे कल हिंदुस्तान च नहीं पूरे वर्ल्ड की लहर बन चुकी है जी। देखो किसी ने नहीं सोचा कि एड्डा वड्डा लहर बन जाएगी तो होएगा। सानू तो साढ़े चाचे तो फकर है जी, असं सिर उच्चा चक के फिरते हैं कि साढ़े चाचा तो भतीजा शहीद, उन्हें किसान अंदोलन शहीद दी। एक्सीडेंट राह चलते भी हो जाते हैं, पर जेडे आ सानू इस चीज़ से फकर है कि सजे के उन्होंने किसान अंदोलन नहीं किया, खड़े सी ते असी भी उन्होंने बच्चे हैं जी, असी भी खड़े रहेंगे, असी सब तो मूहरे होकर शहीदी देवांगे जी। सानू किसान जत्थेबंदी हुक्म करे बस। सो तुहाडे वीर दी डेथ हुई आ, ते की नाम सी उन्हां दा, ते कित्थे कित्थों दे रहण वाले? पिंड सपेड़ा जी, साडा जिला पटियाला जी। सरदार लाभ सिंह सी जी मेरा ब्रदर जी, ते मेरे भतीजे दा नाम गुरप्रीत सिंह जी गोल्डी जी। किन्नी साल उम्र सी? लाभ सिंह दी मेरे ब्रदर दी उम्र सी जी 60 साल जी, ते मेरे भतीजे दी उम्र सी जी 21 साल जी। की कहोगे केंद्र सरकार नू कि अजे तक भी जिहड़ा ओ अपना अड़ियल रवैया नहीं छड्ड रही, केंद्र सरकार नू की कहना चाहुंदे भी असीं लगातार किसानी अंदोलन कर रहे हैं पर शहीद हो रहे ने, लगातार जिहड़ी शहीदता दा दौर आ ओह वधदा जा रहा पर ओह कुछ भी नहीं सोच रहे? सोचना चाहीदा जी उन्हां नू, उरे जी 120 शहीदियां हो गईयां जी हुण तक जी, असीं मूहरे हो के लड़ांगे जी, हुण भी जी इत्थे आए हुए हैं जी। नहीं करते चाहे साडे परिवारां च शहीद हो चुके ने पर जज्बा रखदे, गल होंद दी आ गई है ना कि असीं अगे, जे साडी होंद ही खत्म हो गई जी पिछे की है जी, पिछे तां कुछ भी नहीं हैगा। सो तुहाडा की नाम? मेरा गुरमेल सिंह है जी। तुहाडे पिता दा की नाम सी जिहड़े शहीद? लाभ सिंह जी। हां जी, कित्थों दे रहण वाले? पिंड सपेड़ा जी। की कहोगे अपने पिता दी शहादत ते कि ओह इत्थे शहादत दे गए ने इस किसानी अंदोलन दे विच? हाँ जी, असी खड़े हैं जी, डटे खड़े हैं। शहादत तो बाद भी तुसी इस किसानी अंदोलन उन्ना ही सपोर्ट करते हो, उन्ना ही जड़ा समूलियत हैगी पा रहे? हाँ जी हाँ, पूरी उहदे नालों ही वध पावांगे जी, जे सानू सीस भी कटाना पैगा सीस भी कटा दे। दर्शको गल आउंदी है कि मन्नू साडी दातरी असी मन्नू दे सोए, ज्यों ज्यों सानू मन्नू वढदा असी दून सवाए होए। सो इत्थे इह गल ढुकदी सी तां मैं मेरा मन किया कि मैं कहाँ, क्योंकि जिस तरह परिवारों च शहीदियां हो रही ने पर उही परिवार फिर इस किसानी अंदोलन आके खड़ते हैं कि जे साडी भी लोड़ पवे तो असी भी शहीदी देने लिए तैयार। सो बने रहो सांझा पंजाब चैनल दे। सत श्री अकाल, प्लीज़ साडे चैनल सांझा पंजाब नू लाइक ते सबसक्राइब करो यूट्यूब ते।